खबर लुधियाना के अब्दुल्लापुर बस्ती इलाके से जहां पर उस समय दहशत फैल गई जब दो ग्रुप आपस में भिड़ गए इस झगड़े के दौरान खूब ईट पत्थर और खाली बोतलों के अलावा एक ग्रुप ने दूसरे ग्रुप पर गोलियां चला दी फायरिंग के दौरान मनजीत सिंह गुरचरण सिंह वह कुलविंदर सिंह घायल हो गए जिन्हें इलाज के लिए तुरंत डी एम अस्पताल में पहुंचाया गया जहां तीनों घायल जेरे इलाज है जानकारी के मुताबिक दोनों ग्रुप की आपस में पुरानी रंजिश है वही मौके पर पहुंची पुलिस ने जाँच शुरू कर दी है इस झगड़े के दौरान गली में खड़ी कई गाड़ियों के शीशे टूट गए और गोलियों की आवाज से पूरे इलाके में दहशत फैल गई वहीं दोनों पक्षों के परिवारिक मेंबर अपने आप को सही मान रहे हैं और दूसरे पर आरोप प्रतियोग लगा रहे हैं। दे बड़े सी ओ आए बैंसन पेंशन गए ਤੇ ਉਹਨਾਂ ਨੇ ਫਾਇਰਿੰਗ ਕੀਤੀ ਇੱਕ ਮੁੰਡੇ ਦੇ ਬਾਹਾਂ 'ਚ ਗੋਲੀ ਲੱਗੀ ਇੱਕ ਦੇ ਬੱਖੀ 'ਚ ਲੱਗੀ ਇੱਕ ਦੇ ਪੈਰ 'ਚ ਲੱਗੀ ਸਾਡੇ 4 ਮੁੰਡਿਆਂ ਦੇ ਗੋਲੀਆਂ ਲੱਗੀਆਂ ਬਾਕੀ 5-6 ਮੁੰਡਿਆਂ ਦੇ ਸੱਟਾਂ ਲੱਗੀਆਂ ਸਾਰੇ ਹਸਪੀਟਲ 'ਚ ਭਰਤੀ ਹੋਏ ਅਸੀਂ ਤਿੰਨੇ ਜਨਾਨੀਆਂ ਘਰੇ ਬੈਠੇ ਆ ਤੇ ਗੋਲੀ ਮੁਕ ਉਹ ਦੇਖ ਰਿਹਾ ਸੀ ਦੇਖ ਰਿਹਾ ਹਾਂ ਸੋ ਮੇਰਾ ਖੜਾ ਸੀ ਬ੍ਰਦਰ ਛੋਟਾ ਆਪਣੇ ਇੱਥੇ ਮੋੜ ਤੇ ਰੋਟੀ ਖਾ ਕੇ ਨਿਕਲਿਆ ਹੀ ਵਾਸੀਂ ਸਾਰ ਕਰਨ ਵਾਸਤੇ ਗਿਆ 4-5 ਮੁੰਡੇ ਆਏ ਜਿਨ੍ਹਾਂ ਦੇ ਵਿੱਚ ਜੋਨੀ ਗੋਲਡੀ ਭੋਲੂ ਚੰਦੂ ਮਿੱਠੂ ਮਨਦੀਪ ਤੇ ਭੱਲਾ ਜਿਹੜੇ ਇਹਨਾਂ ਆਂਦੇ ਕੋਈ ਗੱਲ ਨਹੀਂ ਕੀਤੀ ਆਂਦੀ ਉਹਦੇ ਘਸੁੰਨ ਮਾਰਿਆ ਜਦੋਂ ਛੋਟਾ ਬ੍ਰਦਰ ਭੱਜ ਕੇ ਉਧਰ ਨੂੰ ਗਿਆ ਜਦੋਂ ਸਾਨੂੰ ਵਾਜ ਆਈਆਂ ਹੋਰ ਬ੍ਰਦਰ ਮੇਰੇ ਨਿਕਲੇ ਉਹ ਵੀ ਭੱਜ ਕੇ ਜਦੋਂ ਇਹਨੇ ਨੂੰ ਭੱਜ ਲੇ ਜਦੋਂ ਭੱਜੇ ਉਸ ਤੋਂ ਬਾਅਦ 35-40 ਮੁੰਡੇ ਇਕੱਠੇ ਹੋ ਕੇ ਫੇਰ ਆ ਗਏ ਆਂਦੇ ਉਹਨਾਂ ਇੱਟੇ ਰੋਲੇ ਬੜੇ ਚਲਾਏ ਉਹਨਾਂ ਉਹਨਾਂ ਕੋ ਪਿਸਤੋਲਾ ਸੀ ਉਹ ਵੀ ਉਹਨਾਂ ਫਾਇਰ ਵੀ ਵਾਧੂ ਕਿਤੇ ਜਦੋਂ ਫਾਇਰ ਵਗੈਰਾ ਕੀਤਾ ਸੀ ਸਾਰੇ ਆਪਣੇ ਅੰਦਰਾਂ ਨੂੰ ਵੜ ਗਏ ਇੱਥੇ ਦੋ ਦੋ ਗਰੁੱਪਾਂ ਦੀ ਲੜਾਈ ਹੋਈ ਸੀ ਉੱਥੇ ਮੌਕੇ ਤੇ ਆਏ ਆ ਤੇ ਬਾਕੀ ਚੈੱਕ ਕਰਕੇ ਦੱਸ ਦਿੰਦੇ ਕੋਈ ਇੰਜਰ ਵਗੈਰਾ ਵੀ ਚੈੱਕ ਕਰਦੇ ਆ ਲੁਧਿਆਣਾ ਸੇ ਕੈਮਰਾਮੈਨ ਗੁਰਦੇਵ ਸਿਟੀ ਹੋਮ ਨਿਊਜ਼